ਸ਼ਰਤ ਮੈਂ ਪੇਸ਼ ਕਰਨਾ ਹੈ ਇਹ ਜਿਹੜਾ ਰਹਿਮਤੋਂ ਕੀ ਬਰਸਾਤ ਦਾ ਕਾਰਡ ਹੈ ਇਹ ਮੇਰੇ ਵਾਸਤੇ ਬੜੀ ਅੱਛੀ ਔਰ ਮੇਰਾ ਯਕੀਨ ਹੈ ਸ਼ਕੀਲ ਸਾਹਿਬ ਨੇ ਲਿਖਿਆ ਹੈ ਪੰਜ ਕਿਹਨੇ ਲਿਖਿਆ ਹੈ ਸੁਭਾਨ ਅੱਲਾਹ ਜੀ ਸ਼ਾਨ ਕੀ ਬਾਤ ਹੈ ਮੈਂ ਖੁਦਾ ਦੀ ਕਸਮ ਦੇਖ ਦੇਖ ਕੇ ਮਜ਼ਾ ਆ ਰਿਹਾ ਆਪਣਾ ਚਿਹਰਾ ਨਹੀਂ ਜਿਹੜਾ ਮੱਥੇ ਤੇ ਪੰਜ ਲਿਖਿਆ ਹੈ ਉਹ ਵੀ ਅਸਮ ਸੁਭਾਨ ਕੇ ਰੱਖ ਲਿਆ ਮੈਂ ਤੁਸੀਂ ਨਹੀਂ ਖੜੇ ਹੋਣਾ ਮੈਂ ਖੜਾ ਹੋਵਾਂਗਾ ਮੁਰਸ਼ਦ ਸੋਹਣਾ ਤੇ ਤੁਹਾਡੀ ਮਰਜ਼ੀ ਹੈ ਤੇ ਜੇ ਮਾਂ ਦੀ ਸ਼ਾਨ ਵੀ ਸੁਣਨਾ ਕਲਾਮ ਫਿਰ ਬੈਠੇ ਰਹਿਣਾ ਫਿਰ ਬੈਠ ਕੇ ਹੀ ਦੋ ਕਲਾਮ ਸੁਣ ਲਓ ਉਸ ਤੋਂ ਬਾਅਦ ਮਾਂ ਦੀ ਸ਼ਾਨ ਜਸ਼ਨ ਜਸ਼ਨ ਸਰਕਾਰ ਦਾ ਸੁਭਾਨ ਅੱਲਾਹ ਜਿਹੜਾ ਥੋੜਾ ਟੇਢਾ ਟੁੱਢਾ ਹੋ ਕੇ ਬੈਠਾ ਸਹੀ ਹੋ ਕੇ ਬੈਠੇ ਪਲੀਜ਼ ਬਹੁਤ ਸ਼ੁਕਰੀਆ ਇੱਥੋਂ ਨਜ਼ਰ ਆਉਂਦਾ ਨਾ ਸਾਰਾ ਕੁਛ ਤੁਸੀਂ ਜ਼ਰਾ ਸਹੀ ਹੋ ਕੇ ਬਹਿ ਜਾਓ ਔਰ ਹੱਥ ਖੜਾ ਕਰਕੇ ਬੁਲੰਦ ਆਵਾਜ਼ ਨਾਲ ਸਾਹਮਣੇ ਪੜ੍ਹਨਾ ਹੈ ਜਸ਼ਨ ਸੋਹਣੇ ਦੇ ਸਟੇਜ ਵਾਲਿਓ ਸਿੱਧੇ ਹੋ ਜਾਓ ਤੁਸੀਂ ਜਸ਼ਨ ਸੋਹਣੇ ਦੇ ਮਨਾਈਏ ਤੇ ਕਮੀਰੇ ਦੀ ਨਹੀਂ ਜਿੰਨਾ ਸੀਨੇ ਚ ਦਮ ਹੈ ਦਮ ਹੈ ਸਾਊਂਡ ਵਾਲੇ ਅੱਲਾਹ ਤਾਲਾ ਅੱਲਾਹ ਤਾਲਾ ਤੁਹਾਨੂੰ ਬਰਕਤਾਂ ਦੇਵੇ ਤਾਂ ਦੇਵੇ ਇਹ ਬਾਬਲਪੁਰ ਆ ਕੇ ਨਾ ਇਹ ਵੀ ਇਹ ਖੁਸ਼ੀ ਹੁੰਦੀ ਹੈ ਕਿ ਸਾਊਂਡ ਬੜਾ ਅੱਛਾ ਹੁੰਦਾ ਹੈ ਯਕੀਨ ਕਰੋ ਥਕਾਵਟ ਸ਼ਕੀਲ ਸਾਹਿਬ ਖਤਮ ਹੋ ਜਾਂਦੀ ਹੈ ਅਗਰ ਅੱਛਾ ਸਾਊਂਡ ਹੋਵੇ ਜਿਹੜਾ ਜੀ ਬਾਬਲਪੁਰ ਹੈ ਸੁਭਾਨ ਅੱਲਾਹ ਸੁਭਾਨ ਅੱਲਾਹ ਇੱਥੇ ਆ ਕੇ ਮਤਲਬ ਪੂਰ ਹੋ ਜਾਂਦਾ ਸੁਭਾਨ ਅੱਲਾਹ ਹੱਥ ਖੜਾ ਕਰਕੇ ਇਹ ਜਸ਼ਨ ਸੋਹਣੇ ਦੇ ਮਨਾਏ ਤੇ ਕਮੀ ਰਹਿੰਦੀ ਨਹੀਂ 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 ਜਸ਼ਨ ਸੋਹਣੇ ਦੇ ਮਨਾਏ ਤੇ ਰਲ ਕੇ ਮੁਹੱਬਤ ਨਾਲ ਜਸ਼ਨ ਸੋਹਣੇ ਦੇ ਮਨਾਏ ਤੇ ਕਮੀ ਰਹਿੰਦੀ ਨਹੀਂ ਪੜਨਾ ਜਸ਼ਨ ਸੋਹਣੇ ਦੇ ਮਨਾਏ ਤੇ ਕਮੀ ਰਹਿੰਦੀ ਨਹੀਂ ਗਰਮ ਰੇਤ ਲਿਤਾਇਆ ਸੀਨੇ ਤੇ ਗਰਮ ਪੱਥਰ ਰੱਖਿਆ ਪਰ ਆਸ਼ਕ ਰਸੂਲ ਮਾਰਾ ਖਾ ਖਾ ਕੇ ਮਾਰਾ ਖਾ ਖਾ ਕੇ ਮਾਰਾ ਖਾ Yeah.